ਸ੍ਰੀ ਸਤਿਗੁਰ ਨਾਨਕ ਨਾਮਲੇਵਾ ਸਰਬ ਸਾਂਝਾ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਗਿਆ ਇੱਕ ਵੱਡਾ ਉਪਰਾਲਾ। ਚੰਡੀਗੜ੍ਹ ਰੋਡ ਵਿਖੇ ਲੱਗਿਆ ਪਹਿਲਾ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ। ਮਨੁੱਖੀ ਸਰੀਰ ਜੀਵਨ ਵਿੱਚ ਇੱਕ ਬਹੁਤ ਹੀ ਮਹੱਤਤਾ ਰੱਖਦਾ ਹੈ। ਇਸੇ ਮਨੁੱਖੀ ਸਰੀਰ ਦਾ ਇੱਕ ਅੰਗ ਹੈ ਅੱਖਾਂ, ਜੋ ਕਿ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੀਆਂ ਨੇ। ਅੱਖਾਂ ਤੋਂ ਬਿਨਾਂ ਬੰਦਾ ਕੁਝ ਵੀ ਨਹੀਂ ਹੈ। ਜੀ ਹਾਂ, ਅਸੀਂ ਆਪਣੀਆਂ ਅੱਖਾਂ ਦੇ ਨਾਲ ਹੀ ਇਸ ਸੁੰਦਰ ਦੁਨੀਆਂ ਨੂੰ ਵੇਖ ਸਕਦੇ ਹਾਂ, ਪਰ ਜੇਕਰ ਇਹ ਅੱਖਾਂ ਹੀ ਨਾ ਰਹਿਣ ਤਾਂ ਕੀ ਹੋਵੇਗਾ। ਇਸ ਦੇ ਚਲਦਿਆਂ ਅੱਖਾਂ ਦੀ ਸੁਰੱਖਿਆ ਲਈ ਸ੍ਰੀ ਠਾਕੁਰ ਦਲੀਪ ਸਿੰਘ ਦੀ ਪ੍ਰੇਰਣਾ ਸਦਕਾ ਸ੍ਰੀ ਸਤਿਗੁਰ ਨਾਨਕ ਨਾਮਲੇਵਾ ਸਰਬ ਸਾਂਝਾ ਚੈਰੀਟੇਬਲ ਟਰੱਸਟ ਦੇ ਵੱਲੋਂ ਗੁਰਦੁਆਰਾ ਪਿੰਡ ਮੰਗਲੀ ਨੀਚੀ ਚੰਡੀਗੜ੍ਹ ਰੋਡ ਵਿਖੇ ਪਹਿਲਾ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਬੱਲੀ ਗਿੱਲ ਨੇ ਕੈਨੇਡਾ ਤੋਂ ਸ਼ਿਰਕਤ ਕੀਤੀ ਅਤੇ ਇਸ ਕੈਂਪ ਦੇ ਵਿੱਚ ਬਜ਼ੁਰਗਾਂ, ਔਰਤਾਂ ਅਤੇ ਬਜ਼ੁਰਗ ਮਰਦਾਂ ਦੇ ਨਾਲ ਨਾਲ ਸਕੂਲੀ ਬੱਚਿਆਂ ਨੇ ਵੀ ਅੱਖਾਂ ਦੇ ਚੈੱਕਅਪ ਦਾ ਲਾਭ ਉਠਾਇਆ। ਸ੍ਰੀ ਸਤਿਗੁਰੂ ਨਾਨਕ ਨਾਮਲੇਵਾ ਸਰਬ ਸਾਂਝਾ ਚੈਰੀਟੇਬਲ ਟਰੱਸਟ ਚੇਅਰਮੈਨ ਬਲਵਿੰਦਰ ਕੌਰ, ਅੱਜ ਅਸੀਂ ਇਹ ਜਿਹੜਾ ਅੱਖਾਂ ਦਾ ਕੈਂਪ ਜਿਹੜਾ ਫ੍ਰੀ ਲਾਇਆ ਗਿਆ ਟਰੱਸਟ ਵੱਲੋਂ, ਅਤੇ ਹੋਰ ਵੀ ਬੜੇ ਸਾਰੇ ਉਪਰਾਲੇ ਕੀਤੇ ਜਾਂਦੇ ਨੇ, ਜਿਵੇਂ ਕਿ ਸਭ ਤੋਂ ਪਹਿਲਾਂ ਸਕੂਲ ਖੋਲ੍ਹੇ ਗਏ ਸੀ, ਉਸ ਤੋਂ ਬਾਅਦ ਪਿੰਡਾਂ 'ਚ ਸਿਲਾਈ ਸੈਂਟਰ ਖੋਲ੍ਹੇ ਗਏ, ਉਸ ਤੋਂ ਬਾਅਦ ਡਿਸਪੈਂਸਰੀ ਫ੍ਰੀ ਖੋਲ੍ਹੀ ਗਈ, ਉਸ ਤੋਂ ਬਾਅਦ ਸਰਬ ਧਰਮ ਸੇਵਾ ਆਸ਼ਰਮ ਵੀ ਖੋਲ੍ਹਿਆ ਗਿਆ, ਜਿਸ ਦੇ ਵਿੱਚ ਬੇਸਹਾਰਾ ਬਜ਼ੁਰਗ, ਬੇਸਹਾਰਾ ਬੱਚੇ ਅਤੇ ਵਿਧਵਾ ਔਰਤਾਂ ਵਾਸਤੇ ਉਹਨਾਂ ਦਾ ਆਪਣਾ ਘਰ ਬਣਾਇਆ ਗਿਆ। ਸੋ ਅੱਜ ਅਸੀਂ ਜਿਹੜਾ ਇੱਥੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਾਇਆ, ਜੋ ਕਿ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਣਾ ਸਦਕਾ ਇਹ ਟਰੱਸਟ ਚੱਲ ਰਿਹਾ ਅਤੇ ਉਹਨਾਂ ਦੇ ਸਦਕਾ ਜਿਹੜੀ ਅਸੀਂ ਇਹ ਕੰਮ ਕਰ ਰਹੇ ਹਾਂ। ਇਹ ਕਿ ਬਨੀਚੀ ਮੰਗਲੀ ਲਾਇਆ ਗਿਆ ਜੀ, ਅਤੇ ਮੈਂ ਬੱਲੀ ਗੱਲਾਂ ਜੀ ਕੈਨੇਡਾ ਤੋਂ, ਅਤੇ ਭੈਣ ਜੀ ਉਹਨਾਂ ਦੇ ਸਦਕਾ ਲੱਗਿਆ ਇਹ, ਅਤੇ ਬਸ ਇਹਨਾਂ ਨੇ ਤਾਂ ਸਾਨੂੰ ਕਿਹਾ ਵੀ ਆਇਓ ਜ਼ਰੂਰ, ਅਸੀਂ ਯਾਨੀ ਕਿ ਬਹੁਤ ਕੋਸ਼ਿਸ਼ ਕਰਕੇ ਭੈਣ ਜੀ ਦੀ ਹੈਲਪ ਕਰ। ਵੈਸੇ ਤਾਂ ਇਹੀ ਹੈ ਵੀ ਆਪਾਂ ਜਿੰਨੀ ਹੈਲਪ ਕਰ ਸਕਦੇ ਹਾਂ ਸਾਰਿਆਂ ਦੀ ਹੈਲਪ ਕਰੀਏ, ਅਤੇ ਭੈਣ ਜੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਆਪਾਂ ਇੱਕ ਦੂਜੇ ਦੀ ਜਿੰਨੀ ਸਪੋਰਟ ਕਰ ਸਕਦੇ ਹਾਂ ਸਪੋਰਟ ਕਰੀਏ, ਅਤੇ ਇਹੀ ਹੈ ਵੀ ਗਰੀਬਾਂ ਦਾ ਭਲਾ ਹੋ ਸਕੇ। ਚੜ੍ਹਦੀ ਕਲਾ ਟਾਈਮ ਟੀਵੀ ਲਈ ਲੁਧਿਆਣਾ ਤੋਂ ਜਤਿੰਦਰ ਪਾਲ ਛਾਬੜਾ ਦੀ ਰਿਪੋਰਟ।